ਅਗਲੀ ਖਬਰ ਪਾਣੀਪਤ ਤੋਂ ਹੈ ਜਿੱਥੇ ਸਿੱਖ ਕੌਮ ਦੇ ਮਹਾਨ ਜਰਨੈਲ ਜਸਾ ਸਿੰਘ ਰਾਮਗੜੀਆ ਦੇ 294ਵੇਂ ਜਨਮ ਦਿਨ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਸੰਸਦੀ ਸਕੱਤਰ ਬਖਸ਼ੀਸ਼ ਸਿੰਘ ਵਿਰਕ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ 11 ਲੋਕਾਂ ਨੂੰ ਰਾਮਗੜੀਆ ਰਤਨ ਅਵਾਰਡ ਵੀ ਤਕਸੀਮ ਕੀਤੇ ਗਏ। ਇਸ ਮੌਕੇ ਤੇ ਬਖਸ਼ੀਸ਼ ਸਿੰਘ ਵਿਰਕ ਨੇ ਸਿੱਖ ਇਤਿਹਾਸ ਤੇ ਚਾਨਣਾ ਪਾਇਆ। ਜੱਸਾ ਸਿੰਘ ਜੀ ਆਲੂਵਾਲੀਆ ਜਿਨ੍ਹਾਂ ਨੇ 30,000 ਦੇ ਉੱਤੇ ਜਾ ਕੇ ਬਹੁਤ ਵਧੀਆ ਇੱਕ ਉੱਥੇ ਆਪਣੇ ਆਪ ਦੀ ਕਾਮਯਾਬੀ ਹਾਸਲ ਕੀਤੀ ਸੀ ਔਰ ਜਿਹੜੀ ਦਿੱਲੀ ਦੀ ਅੱਜ ਅਦਾਲਤ ਬਣੀ ਹੋਈ ਹੈ 30,000 ਉੱਥੇ ਇੱਕ ਇੱਕ ਆਦਮੀ ਦੇ ਨਾਲ 10,000 ਦੀ ਫੌਜ ਨਾਲ ਸੀ। ਇਸ ਕਰਕੇ ਦਿੱਲੀ ਵਿੱਚ ਉਹਨਾਂ ਦਾ ਨਾਮ ਅੱਜ ਉਸ ਕੋਰਟ ਦਾ ਨਾਮ ਵੀ 30,000 ਰੱਖਿਆ ਹੋਇਆ। ਇਸ ਕਰਕੇ ਜਿਹੜੇ ਸਾਡੇ ਆਪਣੇ ਸਾਥੀ ਜਿਹੜੇ ਆਪਣੇ ਬਜ਼ੁਰਗਾਂ ਦੀ ਯਾਦ ਰੱਖਦੇ ਨੇ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। 1723 ਜੋ ਕਿ ਮਹਾਰਾਜਾ ਜੱਸਾ ਸਿੰਘ ਦਾ ਜਨਮ ਸਾਲ ਹੈ ਅਤੇ ਅਸੀਂ 2023 ਨੂੰ ਇਸੇ ਸਥਾਨ 'ਤੇ 300 ਸਾਲਾ ਮਹਾਰਾਜਾ ਜੱਸਾ ਸਿੰਘ ਦਾ ਮਨਾਉਣਾ ਹੈ ਅਤੇ ਉਹਦੇ ਵਾਸਤੇ ਅਸੀਂ ਤਿਆਰੀ ਕਰ ਰਹੇ ਹਾਂ ਅਤੇ ਮੇਰੀ ਪ੍ਰਸ਼ਾਸਨ ਅੱਗੇ ਭਰਾਵਾਂ ਅੱਗੇ ਮੰਗ ਹੈ ਕਿ ਇਹਨੂੰ ਸਾਡਾ ਵੱਧ ਤੋਂ ਵੱਧ ਸਾਡਾ ਸਹਿਯੋਗ ਕੀਤਾ ਜਾਵੇ।